ਜੀ ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲਾ ਆਲੇ ਮੁਹੰਮਦ ਕਮਾ ਸੱਲੈਤਾ ਅਲਾ ਇਬ੍ਰਾਹੀਮ ਵਾਲਾ ਆਲੇ ਇਬ੍ਰਾਹੀਮ ਇਨਕਾ ਹਮੀਦੁ ਮਜੀਦ ਅੱਲਾਹੁਮਾ ਬਾਰਕ ਅਲਾ ਮੁਹੰਮਦ ਵਾਲਾ ਆਲੇ ਮੁਹੰਮਦ ਕਮਾ ਬਾਰਕਤਾ ਅਲਾ ਇਬ੍ਰਾਹੀਮ ਵਾਲਾ ਆਲੇ ਇਬ੍ਰਾਹੀਮ ਇਨਕਾ ਹਮੀਦੁ ਮਜੀਦ ਅਸਲਾਮ ਅਲੈਕੁਮ ਰਹਿਮਤੁਲ੍ਲਾਹਿ ਵਬਰਕਾਤੁਹੁ ਭੈਣ ਭਰਾ ਉਮੀਦ ਕਰਨਾ ਸਾਰੇ ਠੀਕ ਠਾਕ ਉਸ ਅੱਲਾ ਪਾਕ ਤੁਸੀਂ ਸਾਰੇ ਖੁਸ਼ ਰੱਖਣਾ ਜੀ ਸ਼ਾਦ ਰਹੋ ਆਬਾਦ ਰਹੋ ਆਪਣੇ ਭੈਣਾਂ ਭਰਾਵਾਂ 'ਚ ਬੱਚਿਆਂ 'ਚ ਅੱਲਾ ਪਾਕ ਤੁਸੀਂ ਝੋਲੀਆਂ ਭਰ ਭਰ ਕੇ ਰਿਜ਼ਕ ਦੇਣਾ ਜੀ ਬਿਲਕੁਲ ਜਨਾਬ ਸਭ ਤੋਂ ਪਹਿਲੇ ਸਾਡੇ ਇੱਕ ਛੋਟੇ ਜਿਹੇ ਫੈਨ ਹਨ ਜਨਾਬ 4 ਸਾਲ ਉਹਨਾਂ ਦੀ ਉਮਰ ਹੈ ਮਾਸ਼ਾਅੱਲਾ ਸਮੀ ਸਮੀ ਫਰਾਮ ਸ਼ਫੀਲ ਐਲੋ ਸਮੀ ਯੋ ਕੇ ਬੁਆਏ ਯੈਸ ਯੂ ਸਮਾਈਲਿੰਗ ਨਾਓ ਹੀ ਰੇ ਯੈਸ ਯੈਸ ਬਿਲਕੁਲ ਜੀ ਸਮੀ ਸਾਡੇ ਜਿਹੜੇ ਛੋਟੇ ਜਿਹੇ ਫੈਨ ਹਨ ਸਾਡੇ ਜੀ ਉਹ ਸਾਡੀਆਂ ਵੀਡੀਓ ਤੱਕਣੇ ਤਾਂ ਅਸੀਂ ਪਤਾ ਲੱਗਾ ਜੀ ਉਸ ਦਰੂਸ਼ੀ ਪੜ੍ਹਨੇ ਤੋਂ ਬਹਿ ਕੇ ਸੁਣਨੇ ਵੀ ਹੈ ਮਾਸ਼ਾਅੱਲਾ ਜੀ ਖੁਸ਼ੀ ਹੋਣੀ ਹੈ ਇਹ ਗੱਲ ਸੁਣ ਕੇ ਕਿ ਬੱਚੇ ਮਾਸ਼ਾਅੱਲਾ ਪਸੰਦ ਕਰ ਰਹੇ ਨੇ ਵੀਡੀਓ ਸਾਡੀਆਂ ਬਿਲਕੁਲ ਜੀ ਸਮੀ ਜਿਹੜੇ ਨੇ ਉਹ ਫਰਮ ਸ਼ਫੀਲਡ ਸਾਡੇ ਭਾਈ ਫਿਆਜ਼ ਜਿਹੜੇ ਸਾਡੇ ਮਸੇਰ ਉਹਨਾਂ ਨੇ ਨਵਾਸੇ ਨੇ ਉਹਨਾਂ ਨੇ ਯਾਨੀ ਕਿ ਉਹਨਾਂ ਨੇ ਦੋਤਰੇ ਠੀਕ ਹੈ ਜੀ ਮਾਸ਼ਾਅੱਲਾ ਬਹੁਤ ਹੀ ਅੱਛੇ ਬੱਚੇ ਨੂੰ ਸਾਡੀਆਂ ਵੀਡੀਓ ਤੱਕਣੇ ਨੇ ਅਸਾਂ ਕੀ ਪਤਾ ਲੱਗਾ ਸੀ ਤਾਂ ਮੈਂ ਕਿਹਾ ਬਿਲਕੁਲ ਸਮੀ ਦਾ ਸਾ ਨਾ ਇਨਸਾਨ ਤਾਂ ਸਮੀ ਕੀਪ ਵਾਚਿੰਗ ਮਾਈ ਵੀਡੀਓਜ਼ ਯਾ ਗੁੱਡ ਬੋਆਏ ਵਨ ਡੇ ਆਈ ਇਨਸ਼ਾਅੱਲਾ ਮੀਟ ਯੂ ਯਾ ਇਨ ਸ਼ੈਫੀਲਡ ਉਸ ਤੋਂ ਬਾਅਦ ਜਨਾਬ ਸਾਡੇ ਕੈਮਰਾਮੈਨ ਨੇ ਫਰੈਂਡ ਜ਼ੈਨ ਮਾਸ਼ਾਅੱਲਾ ਜ਼ੈਨ ਫਰਾਮ ਅਡਸਫੀਲਡ ਉਹ ਵੀ ਜਨਾਬ ਸਾਡੀਆਂ ਵੀਡੀਓ ਤੱਕਣੇ ਜਨਾਬ ਉਹਨਾਂ ਆਖਿਆ ਜੀ ਅੰਕਲ ਨਾਈਸ ਵੀਡੀਓ ਬਣਾਉਣੇ ਸਾਡੇ ਕੈਮਰਾਮੈਨ ਕੀ ਆਇਆ ਜੀ ਤੁਸੀਂ ਨਾਈਸ ਵੀਡੀਓ ਬਣਾਉਣੇ ਹੋ ਅਸਾਂ ਤੁਸੀਂ ਵੀਡੀਓ ਫੈਮਲੀ ਨਾਲ ਤੱਕਣੇ ਆ ਬਹਿ ਕੇ ਟੀ ਵੀ ਪਰ ਲਾ ਕੇ ਮਾਸ਼ਾਅੱਲਾ ਜੀ ਥੈਂਕ ਯੂ ਵੈਰੀ ਮੱਚ ਜ਼ੈਨ ਉਸ ਤੋਂ ਬਾਅਦ ਦੋ ਹੋਰ ਬੱਚੇ ਸਨ ਅਸੀਂ ਕਿ ਉਸ ਜਿਹੜਾ ਮਿਲੇ ਸਨ ਮੈਟਰ ਲੰਚਾਂ ਜੀ ਉੱਥੇ ਮੈਂ ਗਿਆ ਜਨਾਬ ਤਾਂ ਆ ਗਏ ਮਾੜੇ ਕੋਲ ਆਉਣੇ ਅੰਕਲ ਦੇਸੀ ਲਾਈਫ UK ਮੈਂ ਕਿਹਾ ਜੀ ਤਾਂ ਉਹਨਾਂ ਜਨਾਬ ਬਹੁਤ ਪਿਆਰ ਦਿੱਤਾ ਆਏ ਮਾੜੇ ਕੋਲ ਆਉਣੇ ਅੰਕਲ ਤੁਸੀਂ ਨਾਲ ਫੋਟੋ ਚੁਕਾਸਾਂ ਮੈਂ ਜੀ ਬਿਲਕੁਲ ਚੁਕਾਓ ਮਾਸ਼ਾਅੱਲਾ ਖੁਸ਼ੀ ਹੋਣੀ ਜੀ ਇੱਥੇ ਨੇ ਬ੍ਰਿਟਿਸ਼ ਬੋਰਨ ਬੱਚੇ ਆਪਣੀ ਜ਼ਬਾਨ ਮਤਲਬ ਸਮਝ ਲੈਣ ਉਹ ਟੀ ਵੀ ਲਾ ਕੇ ਟੀ ਵੀ ਪਰ ਅਸਾਂ ਵੀਡੀਓ ਤੱਕਣੇ ਬਹੁਤ ਹੀ ਖੁਸ਼ੀ ਹੋਣੀ ਹੈ ਅਸਾਂ ਕਿ ਸਾਡੇ ਪੈਸੇ ਯਾਨੀ ਕਿ ਜਿਸ ਤਰ੍ਹਾਂ ਆਉਣੇ ਨਾ ਆਪਣੀ ਜ਼ਬਾਨ 'ਚ ਉਹ ਯਾਰ ਪੈਸੇ ਪੂਰੇ ਹੋ ਗਏ ਸੁਣ ਕੇ ਪੈਸੇ ਪੂਰੇ ਹੋ ਜਾਣੇ ਮਤਲਬ ਦਿਲੀ ਖੁਸ਼ੀ ਹੋਣੀ ਹੈ ਅਸਾਂ ਕੀ ਬਿਲਕੁਲ ਜੀ ਸਾਰਿਆਂ ਦਾ ਥੈਂਕ ਯੂ ਵੈਰੀ ਮੱਚ ਜਿਹੜੇ ਸਾਡੀ ਵੀਡੀਓ ਤੱਕਣੇ ਹੋ ਲਾਇਕ ਸਬਸਕ੍ਰਾਈਬ ਸ਼ੇਅਰ ਸਾਰਿਆਂ ਨਾਲ ਕਰਿਆ ਕਰੋ ਠੀਕ ਹੈ ਜੀ ਅਸਾਂ ਦੀ ਕੋਸ਼ਿਸ਼ ਹੋਣੀ ਹੈ ਕਿ ਤੁਸੀਂ ਕਿ ਜਨਾਬ ਇੰਟਰਟੇਨਮੈਂਟ ਕਰੀਏ ਫੁੱਲ ਜਨਾਬ ਯਾਨੀ ਕਿ ਤੁਸੀਂ ਖੁਸ਼ ਹੋਵੋ ਤੱਕੋ ਅਸਾਂ ਦੀ ਵੀਡੀਓ ਤਾਂ ਖੁਸ਼ ਹੋਵੋ ਠੀਕ ਹੈ ਜੀ ਅੱਜ ਜਨਾਬ ਸਾਡਾ ਟੂਰ ਹੈ ਜਨਾਬ ਆਪਣਾ ਕਹਿ ਉਸ ਕੀ ਆਖਣੇ ਨੇ ਡਿਕਸੀ ਐਕਸਪ੍ਰੈਸ ਬਾਟਲੇ ਬਿਲਕੁਲ ਜਨਾਬ ਅਸਾਂ ਭਾਈ ਨਾਸਰ ਅਤੇ ਭਾਈ ਸ਼ਹਿਜ਼ਾਦ ਕੋਲ ਜਾ ਸਾਂ ਇਨਸ਼ਾਅੱਲਾ ਉਹਨਾਂ ਨਾਲ ਜਨਾਬ ਗੱਪ ਸ਼ੱਪ ਵੀ ਕਰ ਸਾਂ ਔਰ ਉਹਨਾਂ ਨਾਲ ਫੂਡ ਹੀ ਤੁਸੀਂ ਕੀ ਦੱਸਾਂ ਠੀਕ ਹੈ ਜੀ ਬਗੈਰ ਟਾਈਮ ਵੇਸਟ ਕੀਤੀ ਹੂੰ ਅਸਾਂ ਹੁਣ ਨਿਕਲਨੇ ਹਾਂ ਇਨਸ਼ਾਅੱਲਾ ਸਾਰਿਆਂ ਵਾਸਤੇ ਅਸੀਂ ਦੁਆ ਕਰ ਰਹੇ ਹਾਂ ਅੱਲਾਹ ਪਾਕ ਸਾਰੇ ਖੁਸ਼ ਰੱਖਣ ਠੀਕ ਹੈ ਜੀ ਆਓ ਹੁਣ ਜੁਲਦੇ ਹਾਂ ਬਾਟਲੇ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਭੈਣ ਭਰਾ ਉਮੀਦ ਕਰਨਾ ਸਾਰੇ ਠੀਕ ਠਾਕ ਹੋ ਸੋ ਬਿਲਕੁਲ ਜਨਾਬ ਅੱਜ ਅਸਾਂ ਆ ਗਏ ਹਾਂ ਡਿਕਸੀ ਐਕਸਪ੍ਰੈਸ ਜਨਾਬ ਬਾਟਲੇ ਵਿੱਚ ਮਾਸ਼ਾਅੱਲਾ ਜਨਾਬ ਇਹਨਾਂ ਨਾਲ ਫੂਡ ਜਿਹੜਾ ਬਹੁਤ ਹੀ ਨਾਈਸ ਫੂਡ ਹੋਣਾ ਇਹਨਾਂ ਨਾਲ ਬਿਲਕੁਲ ਜਨਾਬ ਅਸਾਂ ਇੱਥੇ ਅੱਜ ਵਿਜ਼ਿਟ ਕੀਤਾ ਜਨਾਬ ਤਾਂ ਅੰਦਰ ਹੁਣ ਜੁਲਦੇ ਹਾਂ ਅਸਾਂ ਖਾਣਾ ਛਾਣਾ ਤੁਸੀਂ ਇਨਸ਼ਾਅੱਲਾ ਇਹਨਾਂ ਨਾਲ ਦੱਸਾਂ ਜ਼ਰੂਰ ਕੈਮਰਾ ਮੈਨ ਜੀ ਇਹ ਫਲੈਗ ਵੀ ਦੱਸੋ ਮਾਸ਼ਾਅੱਲਾ ਫਲਸਤੀਨ ਦਾ ਫਲੈਗ ਵੀ ਇੱਧਰ ਲੱਗਿਆ ਜਨਾਬ ਇਹ ਵੀ ਦੱਸੋ ਉਸ ਤੋਂ ਬਾਅਦ ਇਹ ਦੱਸੋ ਇਹ ਨਾਂ ਸਾਰਾ ਦੱਸੋ ਔਰ ਇਹ ਥੱਲੇ ਜਨਾਬ ਦੱਸੋ ਕਿਤਨੇ ਵਜੇ ਖੁੱਲ੍ਹਣਾ ਔਰ ਕਿਤਨੇ ਵਜੇ ਬੰਦ ਹੋਣਾ ਡਿਕਸੀ ਚਿਕਨ ਹੈ ਜੀ ਬਾਕੀ ਅੰਦਰ ਜੁਲ ਸਾਂ ਡਿਕਸੀ ਐਕਸਪ੍ਰੈਸ ਉਹ ਇਹਨਾਂ ਭਾਈਰਾਂ ਨਾਲ ਵੀ ਅਸਾਂ ਗੱਪਸ਼ਪ ਲਾ ਸਾਂ ਜਨਾਬ ਅੰਦਰ ਜੁਲ ਕੇ ਮਾਸ਼ਾਅੱਲਾ ਇਹਨਾਂ ਅੰਦਰੂ ਜਨਾਬ ਜਿਹੜੇ ਬਣਾਏ ਆ ਮਾਸ਼ਾਅੱਲਾ ਵੈਰੀ ਨਾਈਸ ਬਣੇ ਆ ਅੰਦਰ ਸਿਟਿੰਗ ਵੀ ਨੇ ਜਨਾਬ ਬਹਿ ਕੇ ਤੁਸੀਂ ਖਾ ਵੀ ਸਕਣੇ ਹੋ ਜਨਾਬ ਉਹ ਸਾਰਾ ਕੁਝ ਅਸਾਂ ਇਨਸ਼ਾਅੱਲਾ ਅੰਦਰ ਜੁੜ ਕੇ ਤੁਸੀਂ ਕੀ ਦੱਸਣੇ ਆ ਠੀਕ ਹੈ ਜਨਾਬ ਕੈਮਰਾਮੈਨ ਜੀ ਜ਼ਰੂਰ ਇਹ ਦੱਸਿਆ ਕਿ ਕਿਤਨੇ ਵਜੇ ਓਪਨ ਹੋਣਾ ਔਰ ਕਿਤਨੇ ਵਜੇ ਖੋਲ੍ਹਣੇ ਠੀਕ ਹੈ ਜੀ ਬਿਲਕੁਲ ਕੈਮਰਾਮੈਨ ਜੀ ਇੱਧਰ ਕੈਮਰਾ ਮਾਰੋ ਜ਼ਰਾ ਇਹ ਵੀ ਦੱਸੋ ਠੀਕ ਹੈ ਜਨਾਬ ਇੱਧਰ ਵੀ ਕੈਮਰਾ ਮਾਰ ਕੇ ਦੱਸੋ ਜਨਾਬ ਤਾਂ ਹੁਣ ਅਸਾਂ ਅੰਦਰ ਜੁਲਨੇ ਹਾਂ
ਭਾਈ ਨਾਲ ਗੱਪਸ਼ਪ ਵੀ ਕਰ ਸਾਂ ਜਨਾਬ, ਔਰ ਇਹਨਾਂ ਨਾਲ ਫੂਡ ਵੀ ਟੇਸਟ ਕਰ ਸਾਂ, ਔਰ ਤੁਸੀਂ ਕੀ ਦੱਸਣੇ ਜਨਾਬ ਕਿਆ ਸੂਰਤ ਹਾਲ ਹੈ, ਠੀਕ ਹੈ ਜੀ, ਔਰ ਅਸੀਂ ਤੁਸੀਂ ਕੀ ਦਾਵਤ ਵੀ ਦੇ ਸਾਂ, ਜ਼ਰੂਰ ਇੱਥੇ ਆਵੇ, ਪਹਿਲੇ ਅਸਾਂ ਖੁਦ ਚੈੱਕ ਕਰ ਸਾਂ ਖਾਣਾ, ਫਿਰ ਤੁਸੀਂ ਵੈਸੇ ਦੱਸ, ਮੈਂ ਅੱਗੇ ਵੀ ਆਇਆ ਦੋ ਵਾਰੀ ਇੱਥੇ ਆਇਆ, ਮਾਸ਼ਾਅੱਲਾ ਇਹਨਾਂ ਦਾ ਫੂਡ ਬਹੁਤ ਨਾਈਸ ਹੋਣਾ, ਠੀਕ ਹੈ ਜੀ, ਸਪੈਸ਼ਲ ਪੀਜ਼ਾ ਤੁਸੀਂ ਕੀ ਦੱਸਣ ਇਹਨਾਂ ਕਿਹੜਾ ਹੈ, ਠੀਕ ਹੈ ਜੀ, ਆਓ ਕੈਮਰਾਮੈਨ ਜੀ ਅੰਦਰ ਜੁਲਦੇ ਹਾਂ, ਅੰਦਰ ਭਾਈ ਨਾਲ ਗੱਪਸ਼ਪ ਕਰਨੇ ਜੀ। ਬਿਲਕੁਲ ਜੀ, ਮਾਸ਼ਾਅੱਲਾ ਜਨਾਬ ਤੱਕ ਪਿਕਚਰ ਤੱਕ ਹੈ, ਫੂਡ ਖਾਣੇ ਨੂੰ ਦਿਲ ਵੀ ਕਰਨਾ, ਮਾਸ਼ਾਅੱਲਾ, ਬਿਲਕੁਲ ਕੈਮਰਾਮੈਨ ਜੀ ਆਓ ਅੰਦਰ ਜੁਲਨੇ ਹੁਣ ਇਨਸ਼ਾਅੱਲਾ, ਅੰਦਰ ਵੀ ਦੱਸਣੇ ਆ, ਗੱਪਸ਼ਪ ਵੀ ਕਰਨੇ ਆ ਨਾਲ ਜੁਲ ਕੇ ਜੀ, ਆ ਜਾਓ ਅੰਦਰ, ਮਾਸ਼ਾਅੱਲਾ ਜਨਾਬ। ਬਿਲਕੁਲ ਜਨਾਬ, ਫਾਈਨਲੀ ਅਸੀਂ ਡਿਕਸੀ ਚਿਕਨ ਐਕਸਪ੍ਰੈਸ ਦੇ ਅੰਦਰ ਆ ਗਏ ਜਨਾਬ। ਕੈਮਰਾਮੈਨ ਜੀ ਇਹ ਦੱਸੋ ਸਾਰਾ, ਮਾਸ਼ਾਅੱਲਾ ਇੰਨਾ ਕਿਤਨਾ ਨਾਈਸ ਬਣਾਇਆ ਅੰਦਰੋਂ ਹੈ ਜੀ, ਮਾਸ਼ਾਅੱਲਾ ਜਨਾਬ, ਸਿਟਿੰਗ ਵਗੈਰਾ ਵੀ ਨਾਈਸ ਐਂਡ ਕਲੀਨ ਹੈ ਜੀ। ਬਿਲਕੁਲ ਜਨਾਬ, ਸਫਾਈ ਦਾ ਜਿਹੜਾ ਬਹੁਤ ਹੀ ਖਿਆਲ ਰੱਖਿਆ ਜਾਣਾ, ਕਿਉਂਕਿ ਭਾਈ ਸਾਡੇ ਜਿਹੜੇ ਓਨਰ ਨੂੰ ਖੁਦ ਦੱਸਣੇ ਵਿੱਚ ਸਫਾਈ ਜਿਹੜੀ ਆ ਉਹ ਮਾਸ਼ਾਅੱਲਾ ਨੇ ਸਿਰਫ ਇਮਾਨ ਹੈ ਜੀ, ਤਾਂ ਸਫਾਈ ਮਾਸ਼ਾਅੱਲਾ ਇੰਨੀ ਬਿਹਤਰੀਨ ਹੈ, ਔਰ ਅੰਦਰੋਂ ਮਾਸ਼ਾਅੱਲਾ ਦੱਸੋ ਕੈਮਰਾਮੈਨ ਜੀ ਸਾਰਾ, ਸੀਟਿੰਗ ਜਿਹੜੀ ਆ ਉਹ ਮਾਸ਼ਾਅੱਲਾ, ਕਲਰ ਵੀ ਵੈਰੀ ਨਾਈਸ ਹੈ ਜੀ ਸੀਟਾਂ ਨਾਲ, ਇਹ ਸਾਰਾ ਦੱਸੋ ਮਾਸ਼ਾਅੱਲਾ ਅੱਗੇ ਜਾ ਕੇ ਇੱਧਰੋਂ ਵੀ ਹੈ ਜੀ। ਠੀਕ ਹੈ ਜੀ, ਹੁਣ ਜਨਾਬ ਅਸਾਂ ਅੰਦਰ ਜੁਲਸਾਂ, ਅੰਦਰ ਫੂਡ ਵੀ, ਇਹ ਵੀ ਦੱਸੋ ਅੰਦਰ ਜਨਾਬ ਫੂਡ ਵਗੈਰਾ ਵੀ ਬਣਨਾ, ਦੱਸੋ ਤੁਸੀਂ ਕੀ, ਠੀਕ ਹੈ ਜਨਾਬ, ਤਾਂ ਭਾਈ ਹੋਰਾਂ ਨਾਲ ਗੱਪਸ਼ਪ ਵੀ ਕਰਨੇ ਆ, ਠੀਕ ਹੈ ਜੀ। ਬਿਲਕੁਲ ਜਨਾਬ, ਫਾਈਨਲੀ ਅਸੀਂ ਤੁਸੀਂ ਕਿ ਅੰਦਰੂ ਟੇਕ ਅਵੇ ਸਾਰਾ ਦੱਸਿਆ, ਮਾਸ਼ਾਅੱਲਾ, ਹੁਣ ਭਾਈ ਹੋਰ ਆ ਰਹੇ ਨੇ, ਅਸੀਂ ਇਹਨਾਂ ਨਾਲ ਗੱਪਸ਼ਪ ਵੀ ਦੋ ਮਿੰਟ ਲਾਉਣ ਲੱਗੇ ਹਾਂ, ਠੀਕ ਹੈ ਜਨਾਬ, ਉਹਨਾਂ ਕੋਲ ਅਸੀਂ ਗੱਲਾਂ ਬਾਤਾਂ ਪੁੱਛਾਂ, ਉਹ ਵੀ ਤੁਸੀਂ ਕੀ ਦੱਸਣ ਵੇ ਕਦੋਂ ਖੋਲਿਆ ਨੇ, ਕਿਆ ਹਿਸਾਬ ਕਿਤਾਬ ਹੈ ਜਨਾਬ। ਬਿਲਕੁਲ ਕੈਮਰਾਮੈਨ ਜੀ ਉਹਨਾਂ ਅਸੀਂ ਗੱਪਸ਼ਪ ਕਰਨੇ ਹਾਂ, ਭਾਈ ਨਾਲ ਇਹ ਵੀ ਦੱਸਿਆ ਜਰਾ ਜੀ। ਬਿਲਕੁਲ ਜਨਾਬ, ਫਾਈਨਲੀ ਅਸੀਂ ਭਾਈ ਜਿਹੜੇ ਸਾਰੇ ਸਨ ਇਹਨਾਂ ਕੋਲ ਅਸੀਂ ਆ ਗਏ ਹਾਂ, ਅਸਾਂ ਇਹਨਾਂ ਕੋਲੋਂ ਨਾਂ ਵਗੈਰਾ ਪੁੱਛਾਂ ਜਨਾਬ, ਅਤੇ ਆਪ ਦੱਸਣ ਤੁਸੀਂ ਕੀ ਸਾਰੀ ਅਗਲੀ ਗੱਲ। ਅਸਲਾਮ ਵਾਲੇਕੁਮ ਜਨਾਬ, ਕਿਆ ਭਾਅ ਜਾਨ, ਠੀਕ ਹੋ, ਖੈਰੀਅਤ ਹੈ, ਮਾਸ਼ਾਅੱਲਾ ਭਾਈ ਸਾਡੇ ਨਾਂ ਕਿਆ ਹੈ? ਨਾਸਰ। ਇਹ ਭਾਈ ਨਾਸਰ ਸਾਡੇ ਜਨਾਬ ਜਿਹੜੇ ਓਨਰ ਇਸ ਜਗ੍ਹਾ ਨੇ ਹਾਂ ਜੀ, ਡਿਕਸੀ ਐਕਸਪ੍ਰੈਸ ਬਾਟਲੇ। ਅਸਲਾਮ ਵਾਲੇਕੁਮ ਜਨਾਬ, ਕਿਆ ਹਾਲ, ਠੀਕ ਠਾਕ ਹੋ? ਮਾਸ਼ਾਅੱਲਾ, ਠੀਕ ਠਾਕ, ਸ਼ੁਕਰ ਹੈ। ਤੁਸੀਂ ਨੇ ਕਿਹਾ ਨਾ ਭਾਈ? ਸ਼ਹਿਜ਼ਾਦ। ਇਹ ਭਾਈ ਸ਼ਹਿਜ਼ਾਦ ਹਨ ਜਨਾਬ, ਵੀ ਅੰਦਰ ਕੰਮ ਕਰ ਰਹੇ ਹਨ, ਇਹਨਾਂ ਨਾਲ ਅੱਗੇ ਪਾਰਟਨਰ, ਮਾਸ਼ਾਅੱਲਾ ਜੀ, ਇਹ ਪਾਰਟਨਰ ਇਹਨਾਂ ਨੇ, ਠੀਕ ਹੈ ਜੀ, ਇਹਨਾਂ ਨਾਲ ਅੱਗੇ ਗੱਪਸ਼ਪ ਹੋਈ ਹੈ, ਲੇਕਿਨ ਇਹਨਾਂ ਦੀ ਯਾਦ ਕੋਈ ਨਹੀਂ ਰਹੀ, ਮੈਂ ਜਿਹੜਾ ਦੱਸਿਆ ਨਾ ਅਸਾਂ ਉਹ ਤਾਰਫ ਕਰਾਇਆ, ਜਿਹੜਾ ਪਾਕਿਸਤਾਨ ਦਾ, ਇਹਨਾਂ ਆਖਿਆ ਹਾਂ ਬਿਲਕੁਲ ਤੁਸੀਂ ਆਏ ਸੋ ਜਨਾਬ। ਬਿਲਕੁਲ ਜੀ, ਮਾਸ਼ਾਅੱਲਾ, ਦੋਵੇਂ ਬੰਦੇ ਬਹੁਤ ਹੀ ਅੱਛੇ ਅਖਲਾਕ ਨੇ, ਮਾਲਕ ਹਨ, ਉਹ ਅਸਾਂ ਕੀ ਫੋਨਾਂ ਪਰ ਪਤਾ ਲੱਗ ਜੀ, ਤੁਸੀਂ ਨੇ ਫੋਨਾਂ ਪਰ ਇਹਨਾਂ ਨਾਲ ਗੱਪਸ਼ਪ ਲਾਈ ਸੀ ਹੈ ਜੀ, ਮਾਸ਼ਾਅੱਲਾ, ਬਹੁਤ ਹੀ ਅੱਛੀ ਯਾਨੀ ਕਿ ਜ਼ਬਾਨ ਬੋਲੀ ਇਹਨਾਂ ਸਾਡੇ ਨਾਲ, ਬਹੁਤ ਹੀ ਅੱਛਾ ਪਿਆਰ ਦਿੱਤਾ ਅਸਾਂ ਕੀ, ਅਤੇ ਤਾਂ ਅਸਾਂ ਇੱਥੇ ਤੱਕ ਆ ਗਏ ਹਾਂ। ਇਹਨਾਂ ਆਖਿਆ ਜੀ ਬਿਲਕੁਲ ਜਨਾਬ, ਐਨੀ ਟਾਈਮ ਵੈਲਕਮ, ਤੁਸੀਂ ਆਓ ਸਾਡੇ ਕੋਲ, ਗੱਪਸ਼ਪ ਵੀ ਲਾ ਸਾਂ, ਔਰ ਤੁਸੀਂ ਫੂਡ ਵੀ ਟਰਾਈ ਕਰੋ ਜਨਾਬ, ਦੱਸੋ ਅਸਾਂ ਨੇ ਭੈਣਾਂ ਭਾਈਆਂ ਕਿ ਅੱਛਾ ਫੂਡ ਕਿੱਥੋਂ ਮਿਲਣਾ ਪਿਆ, ਠੀਕ ਹੈ ਜੀ। ਬਿਲਕੁਲ ਭਾਈ, ਤੁਸੀਂ ਸੋਰੀ ਨਾਮ ਹੈ ਭੁੱਲ, ਭਾਈ ਨਾਸਰ, ਭਾਈ ਨਾਸਰ ਜੀ, ਇਹ ਦੱਸੋ ਬਈ, ਇਹ ਤੁਸੀਂ ਕਾਰੋਬਾਰ ਕਦੋਂ ਸ਼ੁਰੂ ਕੀਤਾ ਸੀ? ਇਹ ਹੁਣ ਹੋਈ ਗਏ 20 ਸਾਲ ਪਹਿਲੇ। ਮਾਸ਼ਾਅੱਲਾ, 20 ਸਾਲ, 20 ਸਾਲ, ਮਾਸ਼ਾਅੱਲਾ, ਇੱਥੇ 20 ਸਾਲ ਹੋ ਗਏ ਸੇ ਇੱਥੇ ਬਾਟਲੇ ਵਿੱਚ। ਬਾਟਲੇ ਵਿੱਚ, ਮਾਸ਼ਾਅੱਲਾ ਜੀ, 20 ਸਾਲ ਕਾਫੀ ਲੰਮਾ ਟਾਈਮ ਹੋਣਾ, ਔਰ ਇਹਨਾਂ ਨੇ ਇਹ ਕਾਰੋਬਾਰ ਚਲਾਇਆ, ਲੇਕਿਨ ਜਿਸ ਤਰ੍ਹਾਂ ਤੁਸੀਂ ਅੰਦਰ ਆ ਕੇ ਤੱਕੋ ਜਿਲ੍ਹਾ ਜਗ੍ਹਾ ਤੇ ਲੱਗਣਾ ਵੇ ਕੱਲ ਹੀ ਓਪਨ ਹੋਈ ਹੈ, ਕਿਉਂਕਿ ਇਹਨਾਂ ਨੇ ਮਾਸ਼ਾਅੱਲਾ ਸਫਾਈ ਜਿਹੜੀ ਹੈ ਉਹ ਬਹੁਤ ਹੀ ਅੱਛਾ ਇੰਤਜ਼ਾਮ ਰੱਖਿਆ ਸਫਾਈ ਨਾਲ, ਔਰ ਸਿਟਿੰਗ ਵਗੈਰਾ ਹਰ ਚੀਜ਼ ਦੇਖ ਲਓ, ਤੁਸੀਂ ਪਤਾ ਲੈਣਾ ਵੇ ਬਿਲਕੁਲ ਫਰੈਸ਼ ਬਣਿਆ ਜੀ। ਤੇ ਭਾਈ ਜਾਨ, ਆਪਣਾ ਦੱਸੋ ਇਹ ਕਿ ਕਾਰੋਬਾਰ ਸ਼ਰ ਕਿਸ ਤਰ੍ਹਾਂ ਇੱਥੇ ਬਾਟਲੇ ਚ? ਮਾਸ਼ਾਅੱਲਾ, ਅਲਹਮਦੁਲਿਲਾ, ਠੀਕ ਆ ਕਾਰੋਬਾਰ ਇੱਥੇ, ਜੋ ਤੱਕ 20 ਸਾਲ ਪਹਿਲੇ ਅਸਾਂ ਇੱਥੇ ਆਏ ਸੀ ਇੱਥੇ। ਜੀ ਜੀ, ਅਸਾਂ ਪਹਿਲੀ ਟੇਕ ਅਵੇ ਸੀ ਜਿਹੜੀ ਇੱਥੇ ਅਸੀਂ ਆਏ, ਚਾਚਾ ਪੀਜ਼ਾ, ਅਲਹਮਦੁਲਿਲਾ, ਇਤਨੀ ਕੰਪੀਟੀਸ਼ਨ ਇਤਨੀ ਹੋਏਗੀ, ਫਿਰ ਵੀ ਅਲਹਮਦੁਲਿਲਾ ਠੀਕ ਆ, ਮਾਸ਼ਾਅੱਲਾ, ਪਰ ਅੱਲਾਹ ਸ਼ੁਕਰ ਆ, ਰੋਟੀ ਅੱਲਾਹ ਤਾਲਾ ਲਿਖੀ, ਜਿਹੜੀ ਲਿਖੀ, ਬਿਲਕੁਲ ਰੋਜ਼ੀ ਲਿਖੀ, ਅੱਲਾਹ ਪਾਕ, ਸਹੀ ਹੈ, ਸਹੀ ਹੈ, ਕੰਮ ਕੰਮ ਠੀਕ ਜਾ ਰਿਹਾ, ਮਾਸ਼ਾਅੱਲਾ, ਸਾਰੇ
ਭੈਣ ਭਰਾ ਜਿਹੜੇ ਅੱਛੇ ਨੇ ਉਹਨਾਂ ਨੇ ਖਿਦਮਤ ਕਰਨਾ, ਸਾਰਾ ਸਹੀ ਕਰਨਾ, ਆਲਮ ਤਾਲਾ ਸ਼ੁਕਰ ਆ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਤਾਂ ਜੀ ਸਾਹਮਣੇ ਨਜ਼ਰ ਆ ਰਿਹਾ, ਜਦੋਂ ਅਸੀਂ ਤੁਸੀਂ ਨਾਲ ਗੱਪ ਫੋਨ ਉੱਪਰ ਕੀਤੀ ਅਸੀਂ ਪਤਾ ਲੱਗ ਗਿਆ ਸੀ, ਅਸਾਂ ਆਖਿਆ ਜੀ ਬਿਲਕੁਲ ਜਨਾਬ ਅਸਾਂ ਹਾਜ਼ਰ ਹੋ ਸਾਂ, ਸ਼ਾਮੀ ਕਿਉਂ ਨਾ ਹੋ ਸਾਂ। ਭਾਈ ਜਾਨ ਤੁਸੀਂ ਦੱਸੋ ਮਾਸ਼ਾਅੱਲਾ ਇਹਨਾਂ ਨਾਲ ਸੇਮ ਟਾਈਮ, ਬਲਕਿ ਜੀ ਇਹਨਾਂ ਨਾਲ ਹੀ ਸ਼ੁਰੂ ਕੀਤਾ ਸੀ। ਅੱਛਾ, ਇੱਥੇ ਹੀ ਕੰਮ ਸ਼ੁਰੂ ਕੀਤਾ, ਇੱਥੇ ਹੀ ਸਿੱਖਿਆ ਔਰ ਮਾਸ਼ਾਅੱਲਾ ਇੱਥੇ ਹੀ ਪਾਣੀ ਬਣੇ ਆ। ਮਾਸ਼ਾਅੱਲਾ ਅਲਹਮਦੁਲਿਲਾ, ਮਿਹਨਤ ਕੀਤੀ ਸਾਰਾ ਸਭ ਜੀ ਜੀ ਕਸਟਮਰ ਨਾਲ ਇੱਕ ਸੈਟੀਸਫੈਕਸ਼ਨ ਹੈ, ਠੀਕ ਹੈ। ਅੱਛਾ ਸਹੀ, ਔਰ ਇੱਕ ਅੱਛਾ ਇੱਕ ਆਪਣੀ ਪੂਰੀ ਕੋਸ਼ਿਸ਼ ਕਰਨੇ ਹੈ ਕਿ ਫੂਡ ਨਾਲ ਇੱਕ ਅੱਛਾ ਸਟੈਂਡਰਡ ਹੈ। ਬਿਲਕੁਲ, ਔਰ ਮਾਸ਼ਾਅੱਲਾ ਇੱਕ ਆਸਾਂ ਜਨਕ ਨੇ ਪਰ ਸਰਵਿਸ ਕੋਸ਼ ਮਾਸ਼ਾਅੱਲਾ ਸਾਰੇ ਕਸਟਮਰ ਅੱਛੇ ਨੇ, ਸਾਰੇ ਖੁਸ਼ ਨੇ। ਮਾਸ਼ਾਅੱਲਾ, ਸਾਰੀ ਗੱਲ ਉਹਨੀ ਕੁਆਲਿਟੀ ਫੂਡ, ਕੁਆਲਿਟੀ ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਬੰਦੇ ਤੇ ਕਾਫੀ ਤੇ ਆਏ ਵੇ ਕੁਆਂਟੀਟੀ ਕਰਨੇ, ਅਸਾਂ ਬਲੀਵ ਕਰਨੇ ਕੁਆਲਿਟੀ ਦਿਓ, ਕੁਆਲਿਟੀ ਆਪੋ ਖਾਓ ਨਾ, ਇਸੇ ਕਸਟਮਰ ਕੀ ਦਿਓ। ਬਿਲਕੁਲ, ਮਜ਼ਾ ਆਉਂਦਾ ਹੈ, ਜਿਹੜੀ ਚੀਜ਼ ਆਪੋ ਪਸੰਦ ਕਰ ਰਹੇ ਹੋ ਉਹ ਕਸਟਮਰ ਕੀ ਵੀ ਦਿਓ। ਬਿਲਕੁਲ, ਖਰਾਬ ਚੀਜ਼ ਕਸਟਮਰ ਦੇ ਸੋ ਵਾਪਸ ਨਹੀਂ ਚਲੇਗੀ, ਨਹੀਂ ਅੱਛਾ ਲੱਗਿਆ। ਤਾਂ ਆਪੋ ਪਸੰਦ ਕਰੇ ਤਾਂ ਆਪੋ ਚੀਜ਼ ਦੇ ਖਾਣੇ ਉਸ ਇਸ ਰੇ ਜੇ ਬਣਾਈ ਦਿਓ, ਕਸਟਮਰ ਕੀ ਤਾਂ ਮਜ਼ਾ ਆਉਂਦਾ ਹੈ, ਮਜ਼ਾ ਆਚਨਾ। ਬਿਲਕੁਲ, ਇੱਕ ਗੱਲ ਹੀ ਕਸਟਮਰ ਪੈਸੇ ਦੇਣੇ ਮੁਫਤੇ ਨੇ, ਅਸਾਂ ਨਾ ਦੇਣੇ। ਬਿਲਕੁਲ ਬਿਲਕੁਲ, ਪੈਸੇ ਦੇਣੇ, ਬਿਲਕੁਲ ਸਹੀ। ਉਸ ਤਰ੍ਹਾਂ ਆਰਾਮ ਹੋ ਜਾਣਾ, ਜੈਸਾ ਕਿ ਉਹ ਚੀਜ਼ ਉਹਨਾਂ ਕੀ ਉਸ ਤਰੀਕੇ ਚੀਜ਼ ਨਾ ਦਿਆਸਾ ਤਾਂ ਆਰਾਮ ਹੋ ਜਾਣਾ। ਬਿਲਕੁਲ ਸਹੀ, ਪੈਸੇ ਉਹਨਾਂ ਕੋਲ ਕਿੰਨੇ ਪਏ, ਮੁਫਤੇ ਕੋਈ ਨਹੀਂ ਕਰਨਾ ਪੈਣਾ। ਇਸ ਲਈ ਸਾਰੇ ਕੀ ਆਉਣੇ ਪਏ, ਅਸਾਂ ਜੇ ਜਿਹੜਾ ਖਾਣਾ ਤੁਸੀਂ ਬਣਾਈ ਦਿਓ, ਮੇਕ ਸ਼ੋਰ ਤੁਸੀਂ ਕਰੋ ਜੇ ਖਾਣਾ ਸਹੀ ਚੰਗਾ ਵੈ ਚੰਗਾ ਕਹੋ ਇਸ ਵੈ ਦਿਓ। ਬਸ ਅਲਹਮਦੁਲਿਲਾ ਮੈਂ ਆਪ ਕੁਆਲਿਟੀ ਕੰਟਰੋਲ ਕਰਨਾ, ਸਾਰਾ ਕੁਆਲਿਟੀ ਕਰ ਰਿਹਾ ਕੰਟਰੋਲ, ਮਤਲਬ ਸਹੀ ਖਾਣਾ ਜਾਈ ਦੇ ਬਾਅਦ ਕਿ ਕੋਈ ਇਸ਼ੂ ਹੈ ਜੇ ਕਿ ਫਿਰ ਉਸ ਮੈਂ ਚਾਹ। ਬਿਲਕੁਲ ਸਹੀ, ਬਿਲਕੁਲ। ਹਾਂਜੀ ਹਾਂਜੀ, ਬਸ ਜ਼ਿਆਦਾ ਅੰਦਰ ਸਾਰਾ ਡਿਪਾਰਟਮੈਂਟ ਰੂਨ ਕਰਨੇ, ਕੁਆਲਿਟੀ ਕੰਟਰੋਲ ਉਹ ਮਾਰਾ ਡਿਪਾਰਟਮੈਂਟ ਨਾਲ, ਉਹ ਮੈਂ ਰੂਨ ਕਰਨਾ। ਮਾਸ਼ਾਅੱਲਾ, ਬਿਲਕੁਲ ਜੀ, ਜਿਹੜੀ ਇਹਨਾਂ ਗੱਲ ਦੱਸੀ ਹੈ ਇਮਾਨਦਾਰੀ ਵਾਲੀ, ਅਗਰ ਤੁਸੀਂ ਇਮਾਨਦਾਰੀ ਨਾਲ ਚੱਲਸੋ, ਅੱਲਾ ਪਾਕ ਤੁਸਾਂ ਨੇ ਰਿਜ਼ਕ ਦੀ ਬਰਕਤ ਬਾਸਨ, ਠੀਕ ਹੈ ਜੀ। ਔਰ ਕਸਟਮਰ ਵੀ ਵਾਪਸ ਆਪਸੀ ਤੁਸਾਂ ਕੋਲ, ਜੇ ਤੁਸੀਂ ਪੈਸੇ ਦਿਓ ਅੱਛੇ ਫੂਡ ਨੇ ਤਾਂ ਫੂਡ ਦਿਓ, ਤੁਸੀਂ ਦੋ ਨੰਬਰ ਕਸਟਮਰ ਦੂਜੀ ਦਫਾ ਵਾਪਸ ਨਹੀਂ ਆਉਣਾ। ਅਸਾਂ ਅਡਸਫੀਲਡ ਤੋਂ ਇੱਥੇ ਆਏ ਸਾਂ, ਪਹਿਲੀ ਦਫਾ ਖਾਣਾ ਇਹਨਾਂ ਨਾਲ ਖਾਧਾ ਸੀ ਤਾਂ ਪਸੰਦ ਆਇਆ ਸੀ, ਦੁਬਾਰਾ ਮੈਂ ਆਇਆ, ਬਲਕਿ ਮੈਂ ਇੱਕ ਜਿਹੜਾ ਇੱਧਰ ਆਇਆ ਸਾਂ ਵੈਸੇ ਹੀ, ਤਾਂ ਛੋਟੇ ਮੈਂ ਇਸ ਨਾਲ ਰਾਬਤਾ ਹੋਇਆ ਅਤੇ ਆਖਣਾ ਜੀ ਉਹਨਾਂ ਨਾਲ ਡੋਨਟ ਪੀਜ਼ਾ ਜਿਹੜਾ ਉਹ ਮੈਂ ਇਨਕਾਓ, ਮੈਂ ਜਨਾਬ ਇੱਥੋਂ ਇਸ ਵਾਸਤੇ ਸਪੈਸ਼ਲ ਇੱਥੋਂ ਡੋਨਟ ਪੀਜ਼ਾ, ਉਹਨਾਂ ਨਾਲ ਸਪੈਸ਼ਲ ਪੀਜ਼ਾ, ਉਸ ਦੱਸੋ ਤੁਸੀਂ ਕਿਉਂ, ਠੀਕ ਹੈ ਜੀ। ਉਸ ਸਪੈਸ਼ਲ ਇਹਨਾਂ ਕੋਲ ਤੂੰ ਖੜਿਆ, ਅਗਰ ਚੀਜ਼ ਸਹੀ ਨਾ ਹੋਣੀ ਹੈ ਤੁਸੀਂ ਦੁਬਾਰਾ ਤਾਂ ਨਾ ਸਾਹਮਣੇ, ਠੀਕ ਹੈ ਜੀ। ਨਾਸਰ ਭਾਈ ਤੁਸੀਂ ਜਨਾਬ ਬਿਲਕੁਲ ਜਿਹੜੀ ਗੱਲ ਕੀਤੀ ਹੈ ਇਮਾਨਦਾਰੀ ਵਾਲੀ, ਮਾਸ਼ਾਅੱਲਾ, ਹਰ ਚੀਜ਼ ਇਹ ਨਹੀਂ ਜੇ ਬਸ ਬੰਦਾ ਪੈਸਾ ਬਣਾਇਆ, ਪੈਸਾ ਬਣਾਇਆ, ਸਾਰੀ ਗੱਲ ਅਖਲਾਕ ਨਹੀਂ, ਅਖਲਾਕ ਨਹੀਂ, ਸਮਾਂ ਕਿਸ ਤਰ੍ਹਾਂ ਬੋਲਣਾ, ਬਿਲਕੁਲ ਬਿਲਕੁਲ। ਰਿਸਪੈਕਟ ਸਾਇੰਸ ਬੜੀ ਚੀਜ਼, ਬੜੀ ਚੀਜ਼, ਪੈਸਾ ਤਾਂ ਕੋ ਅਚਨਾ ਜਾਣ ਰਿਹਾ, ਹੱਥ ਨਹੀਂ ਮੈਂ ਲਈ, ਯਾ ਯਾ, ਸਾਇੰਸ ਬੜੀ ਗੱਲ ਰਿਸਪੈਕਟ, ਰਿਸਪੈਕਟ ਕਸਟਮ ਨੂੰ, ਰਿਸਪੈਕਟ ਤਾਂ ਉਹਦਾ ਸਾਰਾ ਫੈਮਿਲੀ ਬੇਸ ਸਿਸਟਮ ਆ। ਬਿਲਕੁਲ ਸਹੀ, ਮਾਰੇ ਮਾਰੇ 4-5 ਇਥੇ ਮਾਰੇ ਕੰਮ ਕਰਨੇ, ਮਾਸ਼ਾਅੱਲਾ ਮਾਸ਼ਾਅੱਲਾ, ਫੈਮਿਲੀ ਬੇਸ ਸਿਸਟਮ ਆ, ਲੇਡੀਜ਼ ਅਚਨੀਆਂ, ਕਪਲਸ ਅਚਨੇ, ਪੂਰੀ ਪੂਰੀ ਫੈਮਿਲੀ ਅਚਨੇ, ਸਹੀ। ਅਲਹਮਦੁਲਿਲਾ ਸ਼ੁਕਰ ਆ, ਮਤਲਬ ਕੋਈ ਜੇ ਐਸਾ ਕਿ ਕੋਈ ਜੈਸੇ ਕੋਈ ਆ ਹੈ ਜੇ ਇਗਜ਼ਾਮ ਤੇ ਨਹੀਂ ਠੀਕ ਸਾਰਾ, ਕੋਈ ਐਸਾ ਕੀ ਇਸ਼ੂ ਸੈਟ ਨਹੀਂ ਆ। ਮਾਸ਼ਾਅੱਲਾ ਮਾਸ਼ਾਅੱਲਾ, ਬਿਲਕੁਲ ਜੀ, ਥੈਂਕ ਯੂ ਵੈਰੀ ਮਚ ਭਾਈ ਨਾਸਰ ਤੇ ਭਾਈ ਸ਼ਹਿਜ਼ਾਦ, ਤੁਸੀਂ ਨੇ ਟਾਈਮ ਕੱਢਿਆ ਨਾ ਸਾਡੇ ਵਾਸਤੇ ਜਨਾਬ, ਤਾਂ ਬਿਲਕੁਲ ਅਸਾਂ ਹੁਣ ਕਿਚਨ ਹੀ ਜੁਲਨੇ ਆ ਜਨਾਬ, ਤਾਂ ਉਹ ਖਾਣਾ ਵੀ ਤੁਸੀਂ ਕੀ ਦੱਸਣੇ ਹੋ, ਔਰ ਖਾਣਾ ਟੇਬਲਾਂ ਪਰ ਰੱਖਸਾਂ, ਟੇਸਟ ਕਰਕੇ ਵੀ ਦੱਸਾਂ ਮਾਸ਼ਾਅੱਲਾ ਖਾਣਾ ਕਿਸ ਤਰ੍ਹਾਂ, ਠੀਕ ਹੈ ਜੀ। ਤਾਂ ਬਿਲਕੁਲ ਜਨਾਬ, ਇੱਥੇ ਬਹਿਣੇ ਦਾ ਇੰਤਜ਼ਾਮ ਉਹ ਵੀ ਤੁਸੀਂ ਕੀ ਦੱਸਣੇ ਆ ਕਿ ਬਹਿਣੇ ਨੇ ਇੱਥੇ ਫੈਮਿਲੀ ਮਾਹੌਲ ਆ, ਇੱਥੇ ਬਿਲਕੁਲ ਜਨਾਬ ਤੁਸੀਂ ਫੈਮਿਲੀ ਨੇ ਲਾ ਕੇ ਇੱਥੇ ਬਹਿ ਕੇ ਸੈਪਰੇਟਲੀ ਇੱਥੇ ਆਰਾਮ ਨਾਲ ਖਾ ਸਕਦੇ ਹੋ, ਠੀਕ ਹੈ ਜੀ। ਕੋਈ ਰੌਲਾ ਗੋਲਾ ਨਹੀਂ, ਕੋਈ ਰਸ਼ ਨਹੀਂ ਇੱਥੇ। ਬਾਕੀ ਸਟਾਫ ਵਗੈਰਾ ਇਹਨਾਂ ਨੇ ਮਾਸ਼ਾਅੱਲਾ ਬਹੁਤ ਅੱਛੇ ਨੇ, ਤੁਸੀਂ ਟੇਬਲ ਆਫ ਫੂਡ ਇੱਥੇ ਦੇਸਣ ਜਨਾਬ, ਫੈਮਿਲੀ ਕੇ ਆਣੋ ਨਾਲ ਇੱਥੇ ਬਹਿ ਕੇ ਖਾਓ। ਪਹਿਲੇ ਸੋ ਸਕੀ ਅਸਾਂ ਤੁਸੀਂ ਕੀ ਫੂਡ ਦੱਸਣੇ ਆ, ਬਾਕੀ ਗੱਲਾਂ ਫਿਰ ਕਰਸਾਂ ਇਨਸ਼ਾਅੱਲਾ, ਠੀਕ ਆ ਭਾਈ। ਆਓ ਅੰਦਰ ਜੁਲੇ, ਕਿਚਨ ਚੋਣੇ ਇਨਸ਼ਾਅੱਲਾ। ਬਿਲਕੁਲ ਜਨਾਬ, ਇਹਨਾਂ ਨੇ ਜਿਹੜਾ ਸਪੈਸ਼ਲ ਪੀਜ਼ਾ ਹੈ ਉਸ ਕੇ ਆਣੇ ਡੋਨਟ ਪੀਜ਼ਾ ਜਨਾਬ, ਇਹ ਡੋਨਟ ਪੀਜ਼ਾ ਇਹਨਾਂ ਨੇ ਜਨਾਬ ਬਣਾਇਆ, ਔਰ ਹੁਣ ਇਸ ਕੀ ਓਵਨ 'ਚ ਰੱਖ ਸਨ ਮਾਸ਼ਾਅੱਲਾ। ਜਦੋਂ ਓਵਨ 'ਚ ਤਿਆਰ ਹੋ ਜਾਏ ਸੀ, ਅਸਾਂ ਤੁਸੀਂ ਕੀ ਵੀ ਦੱਸ, ਇਹਨਾਂ ਦਾ ਸਪੈਸ਼ਲ ਜਿਹੜਾ ਸਪੈਸ਼ਲਿਟੀ ਇਹਨਾਂ ਦੀ ਡੋਨਟ ਪੀਜ਼ਾ, ਅਸਾਂ ਡਸਟਬਿਨ 'ਚ 2-3 ਵਾਰੀ ਇਹ ਖਾਣੇ ਵਾਸਤੇ ਆਏ ਇੱਥੇ ਸਪੈਸ਼ਲ, ਠੀਕ ਹੈ ਜੀ। ਜਦੋਂ ਤਿਆਰ ਹੋਣਾ ਅਸਾਂ ਤੁਸੀਂ ਕੀ ਦੱਸਣੇ ਆ ਫਿਰ, ਹਾਂਜੀ ਬਿਲਕੁਲ ਜਨਾਬ। ਇਤਨੀ ਦੇਰ ਅਸੀਂ ਤੁਸੀਂ ਕੀ ਦੱਸਣੇ ਆ, ਚਿਕਨ ਵਗੈਰਾ ਵੀ ਇਹਨਾਂ ਕੋਲ ਮਾਸ਼ਾਅੱਲਾ ਫਰੈਸ਼, ਹਾਂਜੀ ਚਿਕਨ ਵਗੈਰਾ, ਬਰਗਰ, ਚਿਕਨ ਵਿੰਗਸ, ਉਸ ਤੋਂ ਬਾਅਦ ਚਿਕਨ ਐਂਡ ਚਿਪਸ, ਮਾਸ਼ਾਅੱਲਾ ਹਰ ਚੀਜ਼ ਇਹਨਾਂ ਕੋਲ ਫਰੈਸ਼ ਤੁਸੀਂ ਕੀ ਮਿਲਸੀ, ਹਾਂਜੀ। ਉਸ ਤੋਂ ਬਾਅਦ ਸਫਾਈ ਨਾਲ ਮਾਸ਼ਾਅੱਲਾ ਇਹਨਾਂ ਕਿਚਨ 'ਚ ਬਹੁਤ ਹੀ ਅੱਛਾ ਨਿਜ਼ਾਮ ਰੱਖਿਆ ਮਾਸ਼ਾਅੱਲਾ। ਹੁਣ ਵੀ ਸਾਡੇ ਇੱਕ ਭਾਈ ਨੇ
ਉਹ ਲਗੇ ਸਫਾਈ ਕਰਨੇ ਪਏ ਜੀ। ਅਗਰ ਸਫਾਈ ਅੰਦਰ ਅੱਛੀ ਹੋ ਸੀ ਤਾਂ ਕਸਟਮਰ ਤੱਕ ਹੈ ਦੁਬਾਰਾ ਵਾਪਸ ਆਪ ਸੀ। ਸਫਾਈ ਜਿਹੜੀ ਨਿਸਬ ਇਮਾਨ ਹੈ ਵੈਸੇ ਵੀ। ਅੱਛਾ ਮਾਰੋ ਕੈਮਰਾਮੈਨ ਜੀ ਦੱਸੋ ਮਾਸ਼ਾਅੱਲਾ ਸਫਾਈ ਦਾ ਨਿਜ਼ਾਮ ਕਿਤਨਾ ਅੱਛਾ ਇਹਨਾਂ ਰੱਖਿਆ। ਠੀਕ ਹੈ ਜੀ, ਇੱਥੇ ਖਲੋ ਕੇ ਨਾ ਇੱਥੇ ਇਸ ਤਰ੍ਹਾਂ ਸਾਰਾ ਦੱਸੋ ਜ਼ਰਾ ਅੰਦਰੋਂ। ਹਾਂਜੀ ਬਿਲਕੁਲ ਸਾਰਾ ਦੱਸਣ ਜਨਾਬ ਅੰਦਰੋਂ ਤੁਸੀਂ ਕਿ ਮਾਸ਼ਾਅੱਲਾ ਸਫਾਈ ਕਿਤਨੀ ਅੱਛੀ ਇਹਨਾਂ ਰੱਖੀ ਹੈ ਅੰਦਰੋਂ। ਇਨਸ਼ਾ ਮਾਸ਼ਾਅੱਲਾ ਚਾਰ ਪੰਜ ਬੰਦੇ ਅੰਦਰ ਕੰਮ ਕਰ ਰਹੇ ਨੇ ਪਏ ਨਾ, ਬਿਹਤਰੀਨ ਨਿਜ਼ਾਮ ਬਣਾਇਆ। ਬਿਲਕੁਲ ਜਨਾਬ ਜਿਸ ਤਰ੍ਹਾਂ ਤੁਸੀਂ ਇਧਰੋਂ ਦੱਸਿਆ ਸੀ ਇਸ ਤਰ੍ਹਾਂ ਇਧਰੋਂ ਤੱਕ ਇਹਨਾਂ ਮਾਸ਼ਾਅੱਲਾ ਸਫਾਈ ਬਹੁਤ ਹੀ ਅੱਛੀ ਇਹਨਾਂ ਰੱਖੀ ਹੈ। ਚਿਪਸ ਵਗੈਰਾ ਮਾਸ਼ਾਅੱਲਾ ਇੱਧਰ ਮਸ਼ੀਨ ਤੱਕੋ ਕਲੀਨ ਬਿਲਕੁਲ। ਹਾਂਜੀ ਆਇਲ ਫਰੈਸ਼ ਆਣੇ ਜੀ, ਦੋ ਚਾਰ ਦਿਨ ਬਾਅਦ ਆਇਲ ਚੇਂਜ ਕਰ ਛੱਡੇ, ਫਰੈਸ਼ ਮਾਸ਼ਾਅੱਲਾ ਹਰ ਚੀਜ਼ ਨਾਲ ਰੱਖੀ ਹੈ। ਬਾਕੀ ਜਦੋਂ ਫੂਡ ਤਿਆਰ ਹੋਣਾ ਇਨਸ਼ਾਅੱਲਾ ਜੋ ਕੁਝ ਅਸੀਂ ਫੂਡ ਅਸੀਂ ਟੇਬਲਾਂ ਪਰ ਰੱਖਾਂ, ਫੂਡ ਸਪੈਸ਼ਲ ਜਿਹੜਾ ਇਹਨਾਂ ਨੇ ਡੋਨਟ ਪੀਜ਼ਾ ਉਹ ਤੁਸੀਂ ਕੀ ਦੱਸਣੇ ਆਉਂ। ਠੀਕ ਹੈ ਜਨਾਬ, ਦੋ ਚਾਰ ਮਿੰਟ ਲੱਗ ਸਕਣ ਪੀਜ਼ਾ ਮਸ਼ੀਨ 'ਚ ਰੱਖਿਆ ਨੇ ਉਹ ਕੱਢਣੇ ਫਿਰ ਦੱਸਣੇ ਤੁਸੀਂ। ਬਿਲਕੁਲ ਜਨਾਬ, ਜਿਹੜਾ ਇੱਕ ਪੀਜ਼ਾ ਮਸ਼ੀਨ 'ਚ ਬਣੇ ਨਾ ਉਸਕੀ 4 ਮਿੰਟ 35 ਸੈਕਿੰਡ ਚਾਹੀਦੇ ਹੋਣੇ ਤਿਆਰ ਹੋਣੇ ਕੀ। ਠੀਕ ਹੈ ਜੀ, ਪੀਜ਼ਾ ਮਾਸ਼ਾਅੱਲਾ ਨੇ ਮਸ਼ੀਨ 'ਚ ਰੱਖਿਆ ਜਨਾਬ, ਇਧਰੋਂ ਆ ਰਿਹਾ ਪੀਜ਼ਾ ਸਾਹਮਣੇ ਕੈਮਰਾਮੈਨ, ਤੁਸੀਂ ਨੇ ਜਨਾਬ ਜ਼ੂਮ ਕਰਕੇ ਵੀ ਦੱਸਣ ਨੂੰ ਇਹ ਨਾਲ ਨਾਲ ਚੇਨ ਚੱਲਣੀ ਹੈ ਵੀ ਜਨਾਬ ਤਾਂ ਪੀਜ਼ਾ ਕਿਆ ਆ ਰਿਹਾ। ਠੀਕ ਹੈ ਜੀ, ਮਸ਼ੀਨਾਂ ਵਿੱਚ ਮਾਸ਼ਾਅੱਲਾ 4 ਮਿੰਟ 35 ਸੈਕਿੰਡ ਯਾਨੀ ਕਿ ਪੀਜ਼ਾ ਤਿਆਰ ਹੋ ਜਾਣਾ ਜੀ। ਕਿਆ ਬਾਤ ਹੈ ਮਾਸ਼ਾਅੱਲਾ, ਬਿਲਕੁਲ ਜੀ ਪੀਜ਼ਾ ਆ ਰਿਹਾ ਹੁਣ ਮਾਸ਼ਾਅੱਲਾ। ਔਰ ਜਿਹੜਾ ਓਵਨ ਟੈਂਪਰੇਚਰ ਹੈ 255 ਉਹ ਸਾਹਮਣੇ ਦੱਸੋ ਜੀ ਟੈਂਪਰੇਚਰ ਵਿੱਚ ਨਾਲ। ਠੀਕ ਹੈ ਬਿਲਕੁਲ ਜਨਾਬ ਮਾਸ਼ਾਅੱਲਾ, ਪੀਜ਼ਾ ਤਾਂ ਕੁੱਕ ਕੁੱਕ ਹੋ ਕੇ ਆ ਰਿਹਾ ਜਨਾਬ ਮਸ਼ੀਨ 'ਚ ਆਸਤਾ ਆਸਤਾ ਬਾਹਰ। ਮਾਸ਼ਾਅੱਲਾ ਇਹਨਾਂ ਦਾ ਜਨਾਬ ਸਪੈਸ਼ਲ ਪੀਜ਼ਾ ਇਸ ਕੀ ਆਣੇ ਜੀ ਡੋਨਟ ਪੀਜ਼ਾ। ਅਕਸਰ ਮੈਂ ਬਾਰ ਬਾਰ ਡੋਨਟ ਪੀਜ਼ਾ ਦੱਸ ਰਿਹਾ ਕਿਉਂਕਿ ਇਹ ਸਪੈਸ਼ਲ ਪੀਜ਼ਾ ਇਹਨਾਂ ਨਾਲ ਸਾਡੇ ਤੁਹਾਡੇ ਸਵੀਲ ਜੀ ਇਸ ਤਰ੍ਹਾਂ ਦਾ ਪੀਜ਼ਾ ਕੋਈ ਨਹੀਂ ਬਣਾਉਣੇ ਆ ਜੀ। ਇਸ ਵਾਸਤੇ ਇਹ ਤੁਸੀਂ ਕਿਵੇਂ ਦੱਸਿਆ, ਤੁਸੀਂ ਇੱਥੇ ਜ਼ਰੂਰ ਆਓ, ਬੱਚੇ ਕੀ ਨਿਕਾਓ, ਫੈਮਿਲੀ ਨਾਲ ਆਓ ਜਨਾਬ, ਬਹਿ ਕੇ ਤਾਂ ਇਹ ਪੀਜ਼ਾ ਜ਼ਰੂਰ ਟਰਾਈ ਕਰਿਆ। ਠੀਕ ਹੈ ਜੀ, ਅਸਾਂ ਤਾਂ ਅੱਗੇ ਟਰਾਈ ਕੀਤੇ ਆ ਮਾਸ਼ਾਅੱਲਾ, ਬਹੁਤ ਅੱਛਾ ਬਣਨਾ ਹੈ ਤਾਂ ਹੁਣ ਅਸਾਂ ਇਨਸ਼ਾਅੱਲਾ ਟੇਬਲ ਪਰ ਰੱਖ ਸਕਾਂ ਇਨਸ਼ਾਅੱਲਾ ਇਸ ਕੀ ਫਿਰ ਟਰਾਈ ਕਰਕੇ ਤੁਸੀਂ ਕੀ ਦੱਸਣੇ ਆ। ਠੀਕ ਹੈ ਜੀ, ਇਹ ਸਰਵ ਕਰਨੇ ਵਿੱਚ ਚਿਪਸ, ਇਸ ਨੇ ਮਿਡਲ ਵਿੱਚ ਚਿਪਸ ਬਸਣ ਜਨਾਬ, ਉਸ ਤੁਸੀਂ ਕਿਉਂ ਦੱਸ ਰਿਹਾ ਕਰ। ਜੀ ਬਿਸਮਿਲਲਾਹਿ ਰਹਿਮਾਨਿ ਰਹੀਮ, ਭੈਣੋ ਭਰਾਓ ਫਾਈਨਲੀ ਫੂਡ ਜਿਹੜਾ ਉਹ ਟੇਬਲ ਪਰ ਆ ਗਿਆ ਜਨਾਬ। ਇਹ ਜਿਹੜਾ ਇਹਨਾਂ ਨੇ ਸਪੈਸ਼ਲ ਪੀਜ਼ਾ ਜਨਾਬ ਇਸ ਕੀ ਆਖਣੇ ਜੀ ਡੋਨਟ ਪੀਜ਼ਾ। ਠੀਕ ਹੈ ਜੀ, ਮਾਸ਼ਾਅੱਲਾ ਇਸ ਨੇ ਸੈਂਟਰ ਵਿੱਚ ਹੋਲ ਹੈ ਇੱਥੇ। ਠੀਕ ਹੈ ਜੀ, ਸੈਟਅਪ ਪੀਜ਼ਾ ਸੈਂਟਰ 'ਚ ਹੋਲ ਹੋਣਾ ਜਿੱਥੇ ਕਿ ਇਹਨਾਂ ਨੇ ਇਹ ਤੱਕ ਹੋ ਜਾਣਾ, ਜਿੱਥੇ ਇਹਨਾਂ ਨੇ ਚਿਪਸ ਇਸ ਨੇ ਵਿੱਚ ਚਿਪਸ ਫਿਲ ਕਰਨੇ। ਠੀਕ ਹੈ ਜੀ, ਮਾਸ਼ਾਅੱਲਾ ਇਹ ਚਿਪਸ ਨਾਲ ਇਸ ਤਰ੍ਹਾਂ ਤਿਆਰ ਹੋਣਾ ਹੈ ਪੀਜ਼ਾ। ਠੀਕ ਹੈ ਜੀ, ਔਰ ਇਹਨਾਂ ਨੇ ਸਪੈਸ਼ਲ ਪੀਜ਼ਾ ਹੈ, ਔਰ ਮੈਂ ਜ਼ਰੂਰ ਤੁਸੀਂ ਕਿਹਾ ਸਾਂ ਇਹਨਾਂ ਨੇ ਪੀਜ਼ਾ ਟਰਾਈ ਕਰੇ, ਉਸ ਤੋਂ ਬਾਅਦ ਇਹਨਾਂ ਨੇ ਬਰਗਰ ਵੀ ਆਏ ਦੇ। ਠੀਕ ਹੈ ਜੀ, ਮਾਸ਼ਾਅੱਲਾ ਜੀ ਇਹ ਵੀ ਇਹਨਾਂ ਦਾ ਸਪੈਸ਼ਲ ਬਰਗਰ ਹੈ, ਇਹ ਵੀ ਜ਼ਰੂਰ ਟਰਾਈ ਕਰੇ। ਇਸ ਕੀ ਸਬਾਨ ਕਿਹੜਾ ਬਰਗਰ ਆਖਣੇ, ਡਿਪ ਬਰਗਰ। ਠੀਕ ਹੈ ਜੀ, ਡਿਪ ਬਰਗਰ ਇਸ ਕੀ ਆਖਣੇ ਜਨਾਬ, ਮਾਸ਼ਾਅੱਲਾ ਵਿਦ ਚਿਪਸ। ਠੀਕ ਹੈ ਜੀ, ਨਾਲ ਚਿੱਲੀ ਸੋਸ, ਮਿੰਟ ਸੋਸ ਤੁਸੀਂ ਕਿ ਨਾਲ ਦੇਣੇ। ਠੀਕ ਹੈ ਜੀ, ਬਿਲਕੁਲ ਤੁਸੀਂ ਜਨਾਬ ਜ਼ਰੂਰ ਇੰਜੋਏ ਕਰੇ। ਹੁਣ ਅਸਾਂ ਫੂਡ ਟੇਸਟ ਕਰਨੇ ਆ, ਇਨਸ਼ਾਅੱਲਾ ਤੁਸੀਂ ਕੀ ਦੱਸਣੇ ਮੈਂ ਪੀਜ਼ਾ ਕਿਸ ਤਰ੍ਹਾਂ। ਠੀਕ ਹੈ ਜੀ, ਬਿਸਮਿਲਲਾਹਿ ਰਹਿਮਾਨਿ ਰਹੀਮ। ਬਿਲਕੁਲ ਜੀ ਮਾਸ਼ਾਅੱਲਾ ਪੀਜ਼ੇ ਦੀ ਤੁਸੀਂ ਕੁਆਲਿਟੀ ਦੇਖੋ ਕੈਮਰਾਮੈਨ ਜੀ, ਮਾਸ਼ਾਅੱਲਾ ਜ਼ਬਰਦਸਤ ਪੀਜ਼ਾ ਜਨਾਬ, ਇਸ ਕੀ ਡੋਨਟ ਪੀਜ਼ਾ ਆਖਣੇ। ਠੀਕ ਹੈ ਜੀ, ਉਸ ਤੋਂ ਬਾਅਦ ਦੂਈ ਸਾਈਡ ਦੇ ਨੂੰ ਮਾਸ਼ਾਅੱਲਾ ਬੇਸ ਤੱਕੋ ਤੁਸੀਂ ਜਨਾਬ ਕੁਆਲਿਟੀ। ਠੀਕ ਹੈ ਜੀ, ਮਾਸ਼ਾਅੱਲਾ ਜ਼ਬਰਦਸਤ ਪੀਜ਼ਾ ਇਹਨਾਂ ਨਾਲ, ਅਸੀਂ ਹੁਣ ਟਰਾਈ ਕਰਨੇ ਆ, ਤੁਸੀਂ ਕੀ ਦੱਸਣੇ ਆ ਬਈ ਕਿਸ ਤਰ੍ਹਾਂ। ਬਿਸਮਿਲਲਾਹਿ ਰਹਿਮਾਨਿ ਰਹੀਮ, ਮਾਸ਼ਾਅੱਲਾ ਜੀ ਪੀਜ਼ਾ ਜਿਹੜਾ ਹੈ
ਜ਼ਬਰਦਸਤ, ਠੀਕ ਹੈ ਜੀ। ਇਹ ਜਿਹਾ ਡੋਨਟ ਪੀਜ਼ਾ ਸਾਡੇ ਉਸ ਟਾਊਨ ਵਿੱਚ ਕੋਈ ਨਹੀਂ ਕਰ ਰਹੇ, ਠੀਕ ਹੈ ਜੀ। ਔਰ ਇਹ ਪੀਜ਼ਾ ਜ਼ਰੂਰ ਤੁਸੀਂ ਟਰਾਈ ਕਰੇ, ਉਮੀਦ ਹੈ ਵੀ ਤੁਸੀਂ ਜ਼ਰੂਰ ਇੰਜੋਏ ਕਰ ਸਕੋ ਪੀਜ਼ੇ ਕੀ, ਹੈ ਜੀ। ਬਿਲਕੁਲ ਜਨਾਬ, ਬਰਗਰ ਵੀ ਇਹਨਾਂ ਨੇ, ਸਪੈਸ਼ਲ ਬਰਗਰ ਇਹਨਾਂ ਨੇ, ਸਪੈਸ਼ਲਿਟੀ ਇਹਨਾਂ ਨੇ, ਟਿਪ ਬਰਗਰ, ਠੀਕ ਹੈ ਜੀ। ਇਹ ਵੀ ਜ਼ਰੂਰ ਟਰਾਈ ਕਰੇ। ਹੁਣ ਅਸੀਂ ਜਨਾਬ ਫੂਡ ਸ਼ੂਟ ਖਾਣੇ ਆ ਇਨਸ਼ਾਅੱਲਾ, ਅਤੇ ਜ਼ਰੂਰ ਤੁਸੀਂ ਕਿ ਜਨਾਬ ਦੱਸਣੇ ਆ। ਬਿਲਕੁਲ ਜਨਾਬ, ਇਸ ਕੀ ਵੀ ਅਸੀਂ ਟਰਾਈ ਕਰਨੇ ਆ। ਬਿਸਮਿਲ੍ਲਾਹ, ਮਾਸ਼ਾਅੱਲਾ ਜਨਾਬ, ਚਿਕਨ ਤੱਕੋ ਤੁਸੀਂ ਜ਼ਬਰਦਸਤ ਹੈ ਜੀ, ਠੀਕ ਹੈ ਜੀ। ਮਾਸ਼ਾਅੱਲਾ ਚਿਕਨ ਵੀ ਇਹਨਾਂ ਨੇ, ਬਰਗਰ ਵੀ ਵੈਰੀ ਨਾਈਸ ਹੈ। ਔਰ ਬਿਸਮਿਲ੍ਲਾਹ, ਬਰਗਰ ਜਿਹੜਾ ਇਹਨੇ ਬਣਾਇਆ ਮਾਸ਼ਾਅੱਲਾ ਬਹੁਤ ਹੀ ਨਾਈਸ ਹੈ। ਜਿਸ ਤਰ੍ਹਾਂ ਆਂਟੀ 'ਚ ਟੇਸਟ ਨਹੀਂ ਹੋਣਾ, ਆਂਟੀ ਨੇ ਟੇਸਟ ਦੇਸੀ ਪ੍ਰੋਪਰ, ਉਹ ਟੇਸਟ ਹੈ ਇਸ ਨਾਲ, ਮਾਸ਼ਾਅੱਲਾ ਬਹੁਤ ਹੀ ਨਾਈਸ। ਔਰ ਚਿਪਸ ਤੱਕੋ ਤੁਸੀਂ, ਮਾਸ਼ਾਅੱਲਾ ਕ੍ਰਿਸਪੀ ਹੈ ਜੀ, ਚਿਪਸ ਵੀ ਵੈਰੀ ਨਾਈਸ ਹੈ, ਜ਼ਬਰਦਸਤ। ਬਿਲਕੁਲ, ਜੇ ਅਸੀਂ ਹੁਣ ਫੂਡ ਇੰਜੋਏ ਕਰਨੇ ਆ ਇਨਸ਼ਾਅੱਲਾ, ਫਿਰ ਤੁਸੀਂ ਨਾਲ ਮਿਲਦੇ ਹਾਂ ਜੀ। ਜੀ ਬਿਲਕੁਲ ਭੈਣੋ ਭਰਾ, ਫਾਈਨਲੀ ਅਸਾਂ ਫੂਡ ਜਿਹੜਾ ਉਹ ਫਿਨਿਸ਼ ਕੀਤਾ ਹੁਣ। ਮਾਸ਼ਾਅੱਲਾ ਪੀਜ਼ਾ ਜਿਹੜਾ ਇਹਨਾਂ ਨੇ ਜਨਾਬ ਬਹੁਤ ਹੀ ਨਾਈਸ ਸੀ, ਬਰਗਰ ਵੀ ਜਿਹੜਾ ਸੀ ਉਹ ਵੀ ਨਾਈਸ ਸੀ ਇਹਨਾਂ ਨੇ ਮਾਸ਼ਾਅੱਲਾ। ਇਹ ਇਹਨਾਂ ਦੀ ਬਹੁਤ ਸਪੈਸ਼ਲ ਚੀਜ਼ਾਂ ਹਨ। ਬਾਕੀ ਚਿਕਨ ਐਂਡ ਚਿਪਸ ਵਗੈਰਾ, ਹੋਰ ਵੀ ਬਰਗਰ, ਸਟੇਕ, ਕਾਫੀ ਕੁਝ ਆ ਇਹਨਾਂ ਕੋਲ, ਲੇਕਿਨ ਇਹ ਜਿਹੜੀਆਂ ਦੋ ਚੀਜ਼ਾਂ ਸਨ ਨਾ, ਪੀਜ਼ਾ ਇਹਨਾਂ ਕੋਲ ਕਾਫੀ ਕਿਸਮ ਨੇ ਨਾ ਹੋਰ ਵੀ, ਲੇਕਿਨ ਇਹ ਜਿਹੜੇ ਦੋ ਪੀਜ਼ਾ ਅਤੇ ਬਰਗਰ ਸਨ ਨਾ, ਇਹਨਾਂ ਨੇ ਸਪੈਸ਼ਲ ਸਨ, ਠੀਕ ਹੈ ਜੀ। ਬਿਲਕੁਲ ਜਨਾਬ, ਤੁਸੀਂ ਵੀ ਇੱਥੇ ਆ ਸਕਦੇ, ਇੰਜੋਏ ਕੀਤਾ ਫੂਡ, ਬਿਲਕੁਲ ਸਰ। ਤੁਸੀਂ ਵੀ ਆਖ ਸਕਦੇ ਜਨਾਬ, ਤੁਸੀਂ ਵੀ ਇੱਥੇ ਆਓ। ਇਹਨਾਂ ਦਾ ਐਡਰੈਸ ਹੈ ਜਨਾਬ 5 ਸੈਂਟ ਜੇਮਸ ਸਟਰੀਟ, ਬਾਟਲੇ, ਠੀਕ ਹੈ ਜੀ। ਤੁਸੀਂ ਪੋਸਟ ਕੋਡ ਵੀ ਦੇਣੇ ਆ ਨਾਲ, WF175SA, ਠੀਕ ਹੈ ਜੀ, ਬਾਟਲੇ ਵਿੱਚ ਨੇ। ਫੋਨ ਨੰਬਰ ਇਹਨਾਂ ਦਾ 0192447115। ਅੱਜ ਕੱਲ੍ਹ ਤੁਸੀਂ ਗੂਗਲ ਕਰੋ ਜਨਾਬ, ਤਾਂ ਉਹ ਤੁਸੀਂ ਹਰ ਚੀਜ਼ ਉੱਥੇ ਐਡਰੈਸ ਵਗੈਰਾ, ਫੋਨ ਨੰਬਰ, ਹਰ ਚੀਜ਼ ਆ ਜਾਏ ਸੀ। ਤਾਂ ਡਿਕਸੀ ਐਕਸਪ੍ਰੈਸ ਬਾਟਲੇ ਵਿੱਚ ਜਨਾਬ ਹੈ, ਤਾਂ ਬਿਲਕੁਲ ਤੁਸੀਂ ਜਨਾਬ ਇਹਨਾਂ ਨੇ ਖਾਣਾ ਟੇਸਟ ਕਰਨਾ ਬਿਲਕੁਲ ਨਾ ਭੁੱਲੇ, ਆਵੇ ਜ਼ਰੂਰ ਇੱਥੇ, ਖਾਣਾ ਜ਼ਰੂਰ ਟੇਸਟ ਕਰਿਆ। ਮਾਸ਼ਾਅੱਲਾ ਸਟਾਫ ਜਿਹੜਾ ਇਹਨਾਂ ਨਾਲ ਬਹੁਤ ਹੀ ਅੱਛੇ ਅਖਲਾਕ ਵਾਲੇ ਮਾਲਕ ਨੇ। ਭਾਈ ਤੁਸਾਂ, ਭਾਈ ਨਾਸਰ ਅਤੇ ਭਾਈ ਸ਼ਹਿਜ਼ਾਦ ਨਾਲ ਤੁਸੀਂ ਗੱਪਸ਼ਪ ਕੀਤੀ ਹੈ ਜਨਾਬ, ਮਾਸ਼ਾਅੱਲਾ ਦੋਵੇਂ ਜਣੇ ਬਹੁਤ ਹੀ ਅੱਛੇ ਅਖਲਾਕ ਨੇ ਮਾਲਕ। ਤਾਂ ਬਿਲਕੁਲ ਜਨਾਬ ਜ਼ਰੂਰ ਨੇ ਖਿਦਮਤ ਨੂੰ ਮੌਕਾ ਦਿਓ, ਆਓ ਫੂਡ ਟਰਾਈ ਕਰੋ, ਬੱਚਿਆਂ ਨਾਲ ਆਓ ਜਨਾਬ, ਬਹਿਣੇ ਦਾ ਨਿਜ਼ਾਮ ਮਾਸ਼ਾਅੱਲਾ ਬਿਹਤਰੀਨ ਹੈ, ਫੈਮਲੀ ਨਾਲ ਬਹਿ ਕੇ ਖਾਣੇ ਵਾਲਾ ਮਾਹੌਲ ਹੈ ਇੱਥੇ, ਠੀਕ ਹੈ ਜੀ। ਤਾਂ ਮੈਂ ਸਾਖ ਸਮੇਂ ਜ਼ਰੂਰ ਆਓ, ਇਹਨਾਂ ਕੋਲ ਜ਼ਰੂਰ ਇਹਨਾਂ ਨੇ ਖਾਣਾ ਜਿਹੜਾ ਉਹ ਟਰਾਈ ਕਰੇ, ਠੀਕ ਹੈ ਜੀ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਭੈਣੋ ਭਰਾਓ, ਬਿਲਕੁਲ ਫਾਈਨਲੀ ਅਸਾਂ ਖਾਣਾ ਛਾਣਾ ਖਾ ਕੇ ਆ ਗਏ ਹਾਂ ਵਾਪਸ ਜਨਾਬ ਘਰ ਹੈ ਜੀ। ਤਾਂ ਬਿਲਕੁਲ ਅਸਾਂ ਜਨਾਬ ਅਸਾਂ ਉਸਲੇ ਖਾਣਾ ਛਾਣਾ ਖਾਧਾ, ਉੱਥੇ ਅਸਾਂ ਪੈਸੇ ਦੇਣ ਲੱਗੇ ਸਾਂ ਭਾਈ ਸ਼ਹਿਜ਼ਾਦ ਹੋਰਾਂ, ਉਹਨਾਂ ਆਖਿਆ ਜੀ ਨਹੀਂ ਪੈਸੇ ਜਿਹੜੇ ਨਾ ਇਹ ਅਸਾਂ ਨਾ ਇੰਨੇ, ਅੱਜ ਸਾਡੀ ਤਰਫੋਂ ਤੁਸਾਂ ਕੀ ਖਾਣਾ ਸੀ, ਤੁਸੀਂ ਸਾਡੇ ਮਹਿਮਾਨ ਹੋ। ਅਸਾਂ ਜਨਾਬ ਭਾਈ ਸ਼ਹਿਜ਼ਾਦ ਹੋਰਾਂ ਨੂੰ ਅਤੇ ਭਾਈ ਨਾਸਰ ਹੋਰਾਂ ਸ਼ੁਕਰੀਆ ਅਦਾ ਕਰ ਰਹੇ ਜਨਾਬ, ਉਹਨਾਂ ਅਸਾਂ ਕੀ ਬਹੁਤ ਇੱਜ਼ਤ ਦਿੱਤੀ, ਬਹੁਤ ਸਾਰਾ ਪਿਆਰ ਦਿੱਤਾ ਹੈ ਜੀ। ਪੈਸੇ ਜਿਹੜੇ ਇਹ ਆਉਣੇ ਜਾਣੇ ਦੀ ਚੀਜ਼ ਹੈ, ਇੱਧਰੋਂ ਆਉਣੇ ਇੱਕ ਹੱਥ 'ਚ, ਦੂਜੇ ਹੱਥ 'ਚ ਲੱਗੇ ਜਾਣੇ। ਇਹ ਜਿਹੜਾ ਤੁਸਾਂ ਦਾ ਅਖਲਾਕ, ਆਪਣਾ ਪਿਆਰ ਹੋਣਾ ਨਾ, ਸਭ ਕੁਝ ਇਹ ਚੀਜ਼ ਹੋਣੀ ਹੈ। ਖਾਣਾ ਜਿਹੜਾ ਜਿਸਨੀ ਕਿਸਮਤ ਜਿੱਥਾ ਹੋਣਾ ਉਸਕੀ ਉੱਥੋਂ ਲੱਭ ਜਾਣਾ, ਔਰ ਉੱਥੇ ਜਾ ਕੇ ਖਾਣਾ ਵੀ ਹੈ, ਲੇਕਿਨ ਇਹ ਇੱਕ ਪਿਆਰ ਮੁਹੱਬਤ ਹੋਣਾ ਭੈਣਾਂ ਭਰਾਵਾਂ ਨਾਲ। ਬਿਲਕੁਲ ਅਸੀਂ ਗਏ ਹਾਂ, ਉਹਨਾਂ ਸਿੱਖੀ ਬੜੀ ਫੋਨ ਹੈ, ਪਰ ਮੈਂ ਉਹਨਾਂ ਜਿਹੜਾ ਗੱਲ ਹੋਈ ਸੀ, ਉਹਨਾਂ ਬੜੀ ਇੱਜ਼ਤ ਦਿੱਤੀ, ਉਹਨਾਂ ਆਖਿਆ ਜੀ ਵੈਲਕਮ, ਤੁਸਾਂ ਜਨਾਬ ਆਓ ਸਾਡੇ ਕੋਲ, ਅਸਾਂ ਤੁਸੀਂ ਸਾਡੇ ਮਹਿਮਾਨ। ਭਾਈ ਨਾਸਰ ਜੀ, ਭਾਈ ਸ਼ਹਿਜ਼ਾਦ ਜੀ, ਤੁਸੀਂ ਸਾਰਿਆਂ ਦਾ, ਉਸ ਤੋਂ ਸਾਰੇ ਸਟਾਫ ਨਾਲ ਵੀ ਮਾਸ਼ਾਅੱਲਾ, ਸਾਰੇ ਬੱਚੇ ਅੱਛੇ ਹੋ ਤੁਹਾਡੇ ਕੰਮ ਕਰਨੇ ਸਨ, ਸਾਰੇ ਇਕੱਠੇ ਹੋ ਗਏ ਸਨ ਮਾਸ਼ਾਅੱਲਾ, ਸਿੱਖੀ ਬਹੁਤ ਇੱਜ਼ਤ ਦਿੱਤੀ ਹੈ ਜੀ ਅਸਾਂ ਗਏ ਹਾਂ ਜਿਸ ਲਈ। ਸੋ ਸਾਰਿਆਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ ਇੱਕ ਵਾਰੀ ਫਿਰ ਜਨਾਬ। ਤਾਂ ਬੜੀ ਮਿਹਰਬਾਨੀ ਤੁਸੀਂ ਜੀ,
ਅੱਲਾ ਪਾਕ ਤੁਸੀਂ ਰਿਜ਼ਕ ਵਿੱਚ ਬਰਕਤ ਬਣ, ਅਸਾਂ ਨੂੰ ਦੁਆ ਤੁਸੀਂ ਨਾਲ ਹੈ ਜਨਾਬ, ਤਾਂ ਥੈਂਕ ਯੂ ਵੈਰੀ ਮੱਚ ਵਨਸ ਅਗੇਨ। ਬਿਲਕੁਲ ਜਨਾਬ, ਅਸਾਂ ਨੇ ਵੀਡੀਓ ਤੱਕਣਾ, ਲਾਈਕ ਕਰਨਾ, ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ ਭੈਣਾਂ ਭਰਾਵਾਂ ਨਾਲ, ਬਿਲਕੁਲ ਨਾ ਭੁੱਲਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ, ਕਿਉਂਕਿ ਚੈਨਲ ਕੀ ਤੁਸੀਂ ਭੈਣਾਂ ਭਰਾਵਾਂ ਦੀ ਸਪੋਰਟ ਦੀ ਜ਼ਰੂਰਤ ਹੈ, ਠੀਕ ਹੈ ਜੀ, ਸਪੋਰਟ ਤੁਸੀਂ ਵਾਸਤੇ ਕੀ ਜ਼ਰੂਰ ਕਰਿਆ ਕਰੋ ਜਨਾਬ, ਤਾਂ ਅਸਾਂ ਅੱਛੀ ਅੱਛੀ ਵੀਡੀਓ ਇਨਸ਼ਾਅੱਲਾ ਤੁਸੀਂ ਵਾਸਤੇ ਬਣਾ ਕੇ ਲਾ ਸਾਂ, ਉਮੀਦ ਹੈ ਬਈ ਅੱਜ ਦੀ ਵੀਡੀਓ ਤੁਸੀਂ ਪਸੰਦ ਕੀਤੀ ਹੋ ਸੀ ਜਨਾਬ, ਠੀਕ ਹੈ ਜੀ, ਤੁਸੀਂ ਸਾਰੇ ਭੈਣਾਂ ਭਰਾਵਾਂ ਬਹੁਤ ਸਾਰੇ ਸ਼ੁਕਰੀਆ, ਇੱਕ ਵਾਰੀ ਫੇਰ ਜਨਾਬ ਡਿਕਸੀ ਐਕਸਪ੍ਰੈਸ ਬਾਟਲੇ ਵਾਲੇ ਨਾਲ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸਾਰੇ ਭਰਾਵਾਂ ਦਾ ਜਿਹੜੇ ਤੁਹਾਨੂੰ ਕੰਮ ਕਰ ਰਹੇ ਨੇ ਪਏ, ਥੈਂਕ ਯੂ ਵੈਰੀ ਮੱਚ ਵਨਸ ਅਗੇਨ ਹੈ ਜੀ, ਇਨਸ਼ਾਅੱਲਾ ਅਗਲੀ ਵੀਡੀਓ 'ਚ ਮੁਲਾਕਾਤ ਹੋ ਸੀ, ਫੀ ਅਮਾਨਤ ਅੱਲਾਹ।